ਲੋਟੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਚੈਨਲ ਹਿੰਦ ਪੰਜਾਬ ਵਿੱਚ ਸਵਾਗਤ ਹੈ ਅੱਜ ਗੱਲ ਕਰਾਂਗੇ ਇਸ ਵੇਲੇ ਦੀਆਂ ਦੋ ਵੱਡੀਆਂ ਖਬਰਾਂ ਬਾਰੇ ਪਹਿਲੀ ਵੱਡੀ ਖਬਰ ਲਾਰੈਂਸ ਮਿਸ਼ਨੋਈ ਸਿੱਧੂ ਮੂਸੇਵਾਲਾ ਕੇਸ ਦਾ ਮਾਸਟਰਮਾਈਂਡ ਉਸਨੇ ਆਪਣੀ ਆਵਾਜ਼ ਦੇ ਸੈਂਪਲ ਦੇਣ ਤੋਂ ਮਨਾ ਕਰ ਦਿੱਤਾ ਅੱਜ ਸਵੇਰੇ ਖਬਰ ਆਈ ਸੀ ਕਿ ਦਿੱਲੀ ਪੁਲਿਸ ਨੂੰ ਸੀ ਆ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ ਜੋ सीबीआई ਦੀ ਲੈਬਾਰਟਰੀ ਹੈ ਉੱਥੇ ਲੈ ਕੇ ਜਾਣਾ ਸੀ ਉਸ ਦਾ ਵਾਇਸ ਸੈਂਪਲ ਐਨਾਲਾਈਜ਼ ਉਸ ਦੇ ਨਾਲ ਉਸ ਦੇ ਖਾਸ ਸਹਿਯੋਗੀ ਸੰਪਤ ਨਹਿਰਾ ਇਹ ਦੋਨਾਂ ਦੇ ਵਾਇਸ ਸੈਂਪਲ ਲੈ ਜਾਣੇ ਸੀ ਖਬਰਾਂ ਆਈਆਂ ਬੜੀਆਂ ਚੜ੍ਹਨੀਆਂ ਸਾਰਾ ਦਿਨ ਹੈਡਲਾਈਨ ਬਣੀਆਂ ਲੇਕਿਨ ਆਖਰ ਵਿੱਚ ਲਾਰਿਸ ਬੇਸ਼ਨੋਈ ਨੇ ਆਪਣੀ ਆਵਾਜ਼ ਦਾ ਨਮੂਨਾ ਦੇਣ ਤੋਂ ਮਨਾ ਕਰ ਦਿੱਤਾ ਔਰ ਵਾਪਸ ਸੁਨੋਹੜ ਪੰਜਾਬ ਪੁਲਿਸ ਪੰਜਾਬ ਲੈ ਕੇ ਆਉਣ ਦੀ ਫਰਾਕ ਵਿੱਚ ਦੂਸਰੀ ਵੱਡੀ ਖਬਰ ਇਸੇ ਨਾਲ ਜੁੜੀ ਹੋਈ ਸਿੱਧੂ ਮੂਸੇਵਾਲਾ ਕੇਸ ਵਿੱਚ ਅੱਜ ਮਾਨਸਾ ਪੁਲਿਸ ਨੇ ਇੱਕ ਸਪਲੀਮੈਂਟਰੀ ਚਾਰਜ ਸ਼ੀਟ ਫਾਈਲ ਕੀਤੀ ਹੈ ਜਿਸ ਵਿੱਚ 7 ਹੋਰ ਅਕਿਊਜ਼ ਨੂੰ ਨਾਮਜ਼ਦ ਕੀਤਾ ਜਿਨ੍ਹਾਂ ਚੋਂ ਵੱਡਾ ਨਾਂ ਦੀਪਕ ਤੀਨੂ ਦਾ ਖੈਰ ਸਭ ਤੋਂ ਪਹਿਲਾਂ ਪਹਿਲੀ ਖਬਰ ਲਾਰੈਂਸ ਬਿਸ਼ਨੋਈ ਬਹੁਤ ਸਾਲਾਂ ਤੋਂ ਜੇਲਾ ਵਿੱਚ ਚੱਲ ਰਿਹਾ ਹੈ ਜਦੋਂ ਉਹ ਦਿੱਲੀ ਦੀ ਤਿਹਾਰ ਗੇਲ ਵਿੱਚ ਸੀ ਉਹਦੇ ਨਾਲ ਇੱਕ ਅਤਵਾਦੀ ਇੱਕ ਸੰਗਠਨ ਨਾਲ ਜੁੜਿਆ ਹੋਇਆ ਉਸ ਕੋਲੇ ਇੱਕ ਮੋਬਾਈਲ ਨੰਬਰ ਸੀ ਮੋਬਾਈਲ ਫੋਨ ਸੀ ਜਿਸ ਦਾ ਨੰਬਰ ਦਿੱਲੀ ਪੁਲਿਸ ਦੇ ਸਪੈਸ਼ਲਸ ਨੇ ਕੋਰਟ ਨੂੰ ਦਿੱਤਾ ਕਿ ਇਸ ਨੰਬਰ ਤੋਂ ਉਸ ਅਤਵਾਦੀ ਦੇ ਫੋਨ ਤੋਂ ਜਿਹੜਾ ਅਤਵਾਦੀ ਤਿਹਾਰ جیل ਤੋਂ ਫੋਨ ਇਸਤੇਮਾਲ ਕਰ ਰਿਹਾ ਸੀ ਉਸ ਦੇ ਫੋਨ ਤੋਂ ਕਿਸੇ ਸਾਥਕਾਰ ਦੇ ਨਾਲ ਲਾਰੈਂਸ ਬਿਸ਼ਨੋਈ ਆਪਣੇ ਸਾਥੀਆਂ ਨਾਲ ਗੱਲ ਕਰਦਾ ਸੀ ਪੈਟਰਨ ਸੈਲ ਦੇ ਸੂਤਰਾਂ ਨੇ ਇਹ ਵੀ ਦੱਸਿਆ ਕਿ ਉਹ ਗੱਲਾਂ ਬਹੁਤ ਸਾਰੇ ਤਿਰਫਸ ਦੇ ਮਾਮਲੇ ਚ ਹੋਈਆਂ ਇਹ ਜਿਹੜੀ ਮਨਜ਼ੂਰੀ ਲਈ ਗਈ ਸੀ ਇਹਦਾ ਵਾਸਟੈਸ ਕਰਨ ਲਈ ਉਹ ਇੱਕ ਮਕੂਕਾ ਦਾ ਕੇਸ ਹੈ ਜਿਹੜਾ ਇਹਦੇ ਖਿਲਾਫ ਰਜਿਸਟਰ ਕੀਤਾ ਗਿਆ ਸਪੈਸ਼ਲ ਸੈੱਲ ਵੱਲੋਂ ਉਸ ਦਾ ਬਹਾਨਾ ਲਗਾ ਕੇ ਇਹ ਪਰਮਿਸ਼ਨ ਲਈ ਗਈ ਸੀ ਕਿਚਾਰੀ ਤੋਂ ਲੇਕਿਨ ਆਪਣੇ ਵਕੀਲਾਂ ਦੀ ਸਲਾਹ ਨਾਲ ਲਾਰੈਂਸ ਬਿਸ਼ਨੋਈ ਨੇ ਇਹ ਵਾਈਸ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਇਹ ਬਹੁਤ ਵੱਡਾ ਝਟਕਾ ਹੈ ਸਪੈਸ਼ਲ ਸੈੱਲ ਲਈ ਔਰ ਪੰਜਾਬ ਪੁਲਿਸ ਲਈ ਵੀ ਉਹ ਹਰਾਨੀ ਨਿਕਾਲੇ ਆ ਕਿ ਜਦੋਂ ਦਿੱਲੀ ਪੁਲਿਸ ਦੋ ਪੈਚਲ ਸੈਲ ਕੋਟ ਨੂੰ ਇਹ ਕਹਿਦਾ ਕਿ ਅਸੀਂ ਉਸ ਅਤੰਕੀ ਦੇ ਮੋਬਾਈਲ ਫੋਨ ਤੋਂ ਜਿਹੜੀਆਂ ਗੱਲਬਾਤਾਂ ਹੋਈਆਂ ਉਹ ਅਸੀਂ ਕਾਫੀ ਸਾਰੀਆਂ ਰਿਕਾਰਡ ਕੀਤੀਆਂ ਹੋਈਆਂ ਨੇ ਜਦੋਂ ਰਿਕਾਰਡ ਕੀਤੀਆਂ ਹੋਈਆਂ ਤੇ ਇਹ ਇਹ ਵੀ ਦੱਸਣਾ ਬਹੁਤ ਜ਼ਰੂਰੀ ਸੀ ਕਿ ਉਹ ਫੋਨ ਜੇਲ੍ਹ ਵਿੱਚ ਪਹੁੰਚਿਆ ਕਿਵੇਂ ਅਗਰ ਉਹ ਅਤੰਕਵਾਦੀ ਕੋਲੇ ਪਹੁੰਚਿਆ ਤਾਂ ਉਹ ਕਿਹੜੀ ਮਜਬੂਰੀ ਸੀ ਉਸਦੀ ਕਿਹੜਾ ਲਾਲਚ ਸੀ ਜਿਸ ਕਰਕੇ ਉਹ ਆਪਣਾ ਫੋਨ ਲਾਰਜ ਬਿਸ਼ਨੂਏ ਨੂੰ ਤੇ ਦੱਸੀ ਗੱਲਬਾਤ ਕਰਨ ਲਈ ਕੀ ਰਿਸ਼ਤੇ ਸੀ ਨਾ ਦੇ ਆਪਸ ਵਿੱਚ ਕੀ ਲੜਨ ਦੇਣ ਸੀ ਇਹ ਕਾਤੰਕਵਾਦੀ ਦੂਸਰਾ ਇੱਕ ਹਾਰਡ ਕ੍ਰਿਮੀਨਲ ਇਹਨਾਂ ਦੋਨਾਂ ਦੇ ਰਿਸ਼ਤੇ ਹੱਥ ਕੱਲੂਣੀ ਬਹੁਤ ਜ਼ਰੂਰੀ ਸੀ ਔਰ ਉਹਦੇ ਤੇ ਵੀ ਇੱਕ ਬਿਆਨ ਆਇਆ ਸੀ ਕਿ ਸਿੱਧੂ ਮੂਸੇਵਾਲਾ ਦੀ ਕਤਲ ਦੀ ਪੂਰੀ ਪਲੈਨਿੰਗ ਲੋਹਰਤ ਬਿਸ਼ਨੋਈ ਨੇ ਤੇ ਹਾਰਦਿਰ ਚ ਬੈਠ ਕੇ ਕੀਤੀ ਜੇਲ੍ਹ ਤੋਂ ਹੀ ਬਿਸ਼ਨੋਈ ਨੇ ਜਗੂ ਭਗਵਾਨਪੁਰੀਆਂ ਨੂੰ ਫੋਨ ਕੀਤਾ ਉਸਨੇ ਹੀ ਆਪਣੇ ਦੂਸਰੇ ਬਰਦੇਨ ਕੁਲੜੀ ਗੋਲਡੀ ਬਰਾੜ ਜੋ ਕੈਨੇਡਾ ਚ ਬੈਠਾ ਉਹਦੇ ਨਾਲ ਗੱਲਬਾਤ ਕੀਤੀ ਔਰ ਕੁਝ ਹੋਰ ਲੋਕਾਂ ਨਾਲ ਜੋ ਪੰਜਾਬ ਚ ਆਪਰੇਟ ਕਰ ਰਹੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਕਿ ਦਿੱਲੀ ਪੁਲਿਸ ਕੋਲੇ ਉਹਨਾਂ ਫੋਨ ਰਿਕਾਰਡਸ ਦੀ ਵੀ डानकारी ਸੀ ਇਹ ਬਹੁਤ ਵੱਡਾ ਸਵਾਲ ਹੈ ਐਸਪੈਕਟ ਦਾ ਪਰਦਾ ਖੁੱਲ ਕੇ ਸਾਹਮਣੇ ਆਉਣ ਗਿਆ ਅਗਰ ਦਿੱਲੀ ਪੁਲਿਸ ਨੇ ਉਹ ਰਿਕਾਰਡਿੰਗ ਬੁਲ ਫੋਨ ਦੀ ਕੀਤੀ ਤਾਂ ਉਸੇ ਫੋਨ ਤੋਂ ਸਿੱਧੂ ਮੂਸੇ ਵਾਲਾ ਦੇ ਮਰਡਰ ਦੀ ਤਿਆਰੀ ਵੀ ਕੀਤੀ ਗਈ ਸੀ ਤੇ ਅਗਰ ਉਹ ਰਿਕਾਰਡਿੰਗ ਦਿੱਲੀ ਪੁਲਿਸ ਕੋਲ ਸੀ ਤਾਂ ਸਿੱਧੂ ਮੂਸੇ ਵਾਲਾ ਨੂੰ ਬਚਾਉਣ ਲਈ ਕੀ ਯਤਨ ਕੀਤੇ ਗਏ ਇਹ ਸਵਾਲ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਹੈ ਅਗਰ ਦਿੱਲੀ ਪੁਲਿਸ ਨੇ ਕਹਿ ਦਿਆ ਕਿ ਅਸੀਂ ਮੂਸੇ ਵਾਲਾ ਦੀ ਕੇਸ ਦੀ ਰਿਕਾਰਡਿੰਗ ਸਾਡੇ ਕੋਲੇ ਨਹੀਂ ਹੈ। ਬਾਕੀ ਰਿਕਾਰਡਿੰਗ ਹੈ। ਤਾਂ ਫਿਰ ਇਹ ਬਹੁਤ ਵੱਡਾ ਸਵਾਲ ਹੈ ਕਿ ਸਿਲੈਕਟਿਵਲੀ ਰਿਕਾਰਡਿੰਗ ਕੀਤੀ ਜਾ ਰਹੀ ਸੀ ਉਸ ਫੋਨ ਤੋਂ। ਅਗਰ ਇੱਕ ਫੋਨ ਤੁਸੀਂ ਲਗਾ ਕੇ ਰੱਖਿਆ ਹੈ ਕਿ ਉਸ ਤੋਂ ਜਿਹੜੀ ਵੀ ਗੱਲਬਾਤ ਹੋਏਗੀ ਉਹ ਰਿਕਾਰਡ ਹੋਏਗੀ ਤੇ ਫਿਰ ਸਿੱਧੀ ਮੂਸੇ ਵਾਲੇ ਦੀ ਗੱਲਬਾਤ ਰਿਕਾਰਡ ਕਿਉਂ ਨਹੀਂ ਹੋਈ? ਸਭ ਤੋਂ ਵੱਡਾ ਸਵਾਲ। ਪੰਜਾਬ ਪੁਲਿਸ ਦੀ ਵੀ ਕਿਤੇ ਨਾ ਕਿਤੇ ਅਣਗਹਿਲੀ ਰਹੀ ਹੈ। ਅਗਰ ਪੰਜਾਬ ਪੁਲਿਸ ਕਿਉਂਕਿ ਸਿੱਧੂ ਮੂਸੇਵਾਲੇ ਦਾ ਕੇਸ ਮਾਨਸਾ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਉਹਦਾ ਜਿਹੜਾ ਜਿਹੜਾ ਇਨਸੀਡੈਂਟ ਹੈ ਪਲੇਸ ਆਫ ਇਨਸੀਡੈਂਟ ਉਹ ਮਾਨਸਾ ਦੇ ਨੇੜੇ ਦਾ ਪਿੰਡ ਜਵਾਰਕੇ ਹੈ ਪੰਜਾਬ ਪੁਲਿਸ ਕੋਲੇ ਸਾਰੇ ਲੀਗਲ ਹੱਕ ਹੈਗੇ ਕਿ ਉਹ ਦਿੱਲੀ ਪੁਲਿਸ ਤੋਂ ਉਹ ਰਿਕਾਰਡਿੰਗ ਮੰਗਦੀ ਅਗਰ ਦਿੱਲੀ ਪੁਲਿਸ ਕੋਲੇ ਹੈ ਉਹ ਆਪਣੇ ਤਾਬੇ 'ਚ ਲੈਂਦੀ ਉਹਦੇ ਨਾਲ ਇਹ ਵਾਇਸ ਸੈਂਪਲ ਜਿਹੜਾ ਆਵਾਜ਼ ਦਾ ਨਮੂਨਾ ਕਰਨਾ ਸੀ ਉਹ ਪੰਜਾਬ ਪੁਲਿਸ ਨੂੰ ਕਰਨਾ ਚਾਹੀਦਾ ਸੀ ਹੁਣ ਦਿੱਲੀ ਦੇ ਉਸ ਇਸ ਕੇਸ ਵਿੱਚ ਇੱਕ ਵਾਰੀ ਲੌਰੈਂਸ ਬਿਸ਼ਨੋਈ ਮੁੱਕਰ ਚੁੱਕਾ ਹੈ ਕਿ ਮੈਂ ਵਾਇਸ ਟੈਸਟ ਨਹੀਂ ਦੇਣਾ ਹੁਣ ਪੰਜਾਬ ਪੁਲਿਸ ਉਹਦਾ ਵਾਇਸ ਟੈਸਟ ਨਹੀਂ ਕਰ ਸਕੇਗੀ ਜਾਂ ਸ਼ਾਇਦ ਕੁਝ ਹੋਰ ਕਾਨੂੰਨੀ ਅੱਤ ਪਰ ਮਾਰਨੇ ਪੈਣਗੇ ਕਿਤੇ ਵੱਡੇ ਲੈਵਲ ਤੇ ਪ੍ਰਵਿਰਤਨ ਲੈਣੀ ਪਵੇਗੀ ਔਰ ਲਾਲਸ ਮਿਸ਼ਨ ਵਈ ਨੂੰ ਮਜਬੂਰ ਕਰਨਾ ਪਏਗਾ ਕਿ ਤੂੰ ਵਾਇਸ ਸੈਂਪਲ ਦੇ ਲੇਕਿਨ ਲੱਗਦਾ ਨਹੀਂ ਕਿ ਉਹ ਮੰਨੇਗਾ ਇਹ ਅਕਿਊਜ਼ ਦੀ ਆਪਣੀ ਮਰਜ਼ੀ ਹੁੰਦੀ ਹੈ ਕਿ ਉਹ ਤੁਹਾਨੂੰ ਆਪਣਾ ਵਾਇਸ ਸੈਂਪਲ ਦਿੰਦਾ ਕਿ ਨਹੀਂ ਦਿੰਦਾ ਉਹਨੂੰ ਇੱਕ ਕਾਨੂੰਨੀ ਪ੍ਰੋਟੈਕਸ਼ਨ ਹੈ ਸੋ ਬਹੁਤ ੜਾ ਚੜਕਾ ਹੈ ਪੂਰੀ ਜਾਂਚ ਨਹੀਂ ਔਰ ਦਿੱਲੀ ਪੁਲਿਸ ਨੇ ਐਸੇ ਕਰਕੇ ਜਦੋਂ ਪੰਜਾਬ ਪੁਲਿਸ ਨੂੰ ਦਿੱਲੀ ਤੋਂ ਰਿਮਾਂਡ ਮਿਲਿਆ ਸੀ ਐਨਆਈਏ ਦੀ ਰਿਮਾਂਡ ਕਿਉਂ ਜਦਕਿ ਲਾਰਜ ਬਿਸ਼ਨੋਈ ਨੂੰ ਇਕੁੰਤਨਾਲੀ ਗਿਆ ਸੀ ਇਸ ਸ਼ਰਤ ਰੱਖੀ ਗਈ ਸੀ ਕਿ ਪੰਜਾਬ ਪੁਲਿਸ ਨੂੰ ਅਸੀਂ ਰਿਮਾਂਡ ਤੇ ਭੇਜ ਰਹੇ ਹਾਂ ਲੇਕਿਨ 22 23 24 ਤਿੰਨ ਦਿਨ ਇਸ ਨੂੰ ਦਿੱਲੀ ਜ਼ਰੂਰ ਹਾਜ਼ਰ ਹੋਣਾ ਹੈ ਕੇਸ ਦੇ ਸਿਰ ਤੇ ਲਈ ਇਹਨੂੰ ਵਾਪਸ ਦਿੱਲੀ ਲੈ ਕੇ ਆਉਣਾ ਪਾਏਗਾ ਅੱਜ ਇਸ ਕਰਕੇ ਕਿਆਸ ਲਗਾਇਆ ਜਾ ਰਿਹਾ ਕਿ ਸ਼ਾਇਦ ਹੁਣ ਅੱਜ ਦੀ ਰਾਤ ਜਾਂ ਕੱਲ ਵਾਪਸ ਲਾਰਜ ਬਿਸ਼ਨੋਈ ਨੂੰ ਪੰਜਾਬ ਪੁਲਿਸ ਦੀ ਕਸਟਡੀ ਚ ਲੈ ਆਂਦਾ ਜਾਏਗਾ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਤਕਰੀਬਨ 4 ਮਹੀਨਿਆਂ ਤੋਂ ਲਾਰੈਂਸ ਮਸ਼ਨੋਈ ਨੂੰ ਪੰਜਾਬ ਦੀ ਰਿਮਾਂਡ ਯਾਤਰਾ ਕਰਵਾਈ ਜਾ ਰਹੀ ਹੈ ਕਦੇ ਅੰਮ੍ਰਿਤਸਰ ਕਦੇ ਹੁਸ਼ਿਆਰਪੁਰ ਕਦੇ ਅੰਮ੍ਰਿਤਸਰ ਕਦੇ ਮਾਨਸਾ ਕਦੇ ਫਰੀਦਕੋਟ ਕਦੇ ਬਠਿੰਡਾ ਕਦੇ ਚੰਡੀਗੜ੍ਹ ਕਦੇ ਰੋਪੜ ਕਦੇ ਮਹਾਲੀ ਇੰੀਆਂ ਸਾਰੀਆਂ ਇੰਨੇ ਚੰਬੇ ਲੰਬੇ ਚੌੜੇ ਰਿਮਾਂਡ 'ਚੋਂ ਕੀ ਤਹਿਕੀਕਾਤ ਪੰਜਾਬ ਪੁਲਿਸ ਨੇ ਕੀਤੀ ਜਿਹੜੇ ਕੇਸਾਂ ਦੇ ਫੇਸਲੇ ਚ ਨੂੰ ਕਮਾਇਆ ਫਰਾਇਆ ਜਾ ਰਿਹਾ ਕੀ ਉਹਦੇ ਚ ਲੱਭਿਆ ਜਿਸ ਗੱਲ ਦਾ ਰਿਪੋਰਟ ਕਾਰਡ ਪੰਜਾਬ ਪੁਲਿਸ ਨੇ ਅੱਜ ਤੱਕ ਕਦੇ ਨਹੀਂ ਦਿੱਤਾ ਇਹ ਮਹਿਜ਼ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਜਾਂ ਕੋਈ ਸੀਰੀਅਸਲੀ ਇਹਨਾਂ ਕੇਸਾਂ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ ਇਹਨਾਂ ਰਿਮਾਂਡ ਹੋ ਗਿਆ ਉਹਦੀ ਇੰਟਰੋਗੇਸ਼ਨ ਹੋ ਗਈ ਔਰ ਇਹਨਾਂ ਖਰਚਾ ਪੰਜਾਬ ਪੁਲਿਸ ਨੇ ਕੀਤਾ ਆ ਮੇਰੇ ਇੱਕ ਮਿੱਤਰ ਨੇ ਪੁਲਿਸ ਵਿੱਚ ਜਿਹੜੇ ਇਸ ਤੇ ਕੇਸ ਨਾਲ ਮਦਦ ਚਰਾਏ ਨੇ ਪਹਿਲਾਂ ਹੁਣ ਨਹੀਂ ਆ ਉਹਨਾਂ ਦਾ ਕਹਿਣਾ ਸੀ ਕਿ ਕਰੋੜਾਂ ਵਿੱਚ ਖਰਚਾ ਹੁਣ ਤੱਕ ਹੋ ਗਿਆ ਹੋਣਾ ਜਿੰਨੀਆਂ ਗੱਡੀਆਂ ਜਿੰਨੇ ਬੰਦੇ ਜਿੰਨਾ ਪੈਟਰੋਲ ਡੀਜ਼ਲ ਲੱਗ ਰਿਹਾ ਔਰ ਜਿੰਨੀ ਮੈਨ ਪਾਵਰ ਲੱਗ ਰਹੀ ਆ ਵੀ ਦੇਖੋ ਸਵੇਰੇ 4 ਵਜੇ ਖਰੜ ਦੇ ਸੀਆਈ ਆਫਿਸ ਤੇ ਉਹਨੂੰ ਲਜਾਇਆ ਜਾਂਦਾ ਜਿੱਥੇ ਵੀ ਜਾਣਾ ਹੁੰਦਾ ਫਰੀਦਕੋਟ ਜਦੋਂ ਫਰੀਦਕੋਟ ਸੀ ਮੈਨੂੰ ਯਾਦ ਆ ਫਰੀਦਕੋਟ ਸਵੇਰੇ 4 ਵਜੇ ਸੀਆਈਏ ਸਟਾਫ ਖਰੜ ਤੋਂ ਘਟੀਆਂ ਨਿਕਲਦੀਆਂ ਸੀ 22 ਘਟੀਆਂ ਫਰੀਦਕੋਟ ਲੈ ਕੇ ਜਾਂਦੀਆਂ ਸੀ ਸਾਰਾ ਦਿਨ ਉੱਥੇ ਕੀ ਇਨਟਰੋਗੇਸ਼ਨ ਹੁੰਦੀ ਆ ਕੀ ਸਵਾਲ ਜਵਾਬ ਹੁੰਦੇ ਆ ਉਸ ਤੋਂ ਬਾਅਦ ਵਾਪਸ ਰਾਤ ਨੂੰ ਰਾਤੋਂ ਰਾਤ ਨੂੰ ਫੇਰ ਵਾਪਸ ਖਰੜ ਲੈ ਕੇ ਆਇਆ ਜਾਂਦਾ ਸੀ ਉਹ ਬਲਡ ਪ੍ਰੂਫ ਘਟੀਆਂ ਔਰ ਉਹ ਡਰਾਈਵਰ ਜਿਹੜੇ ਬਹੁਤਿਆ ਖਾਸ ਕਿਸਮ ਦੇ ਡਰਾਈਵਰ ਹੁੰਦੇ ਜਿਹੜੇ ਬੋਲਰ ਪ੍ਰੂਫ ਗੱਡੀਆਂ ਚਲਾਉਂਦੇ ਆ ਹਰ ਡਰਾਈਵਰ ਨਹੀਂ ਚਲਾਉਂਦਾ ਉਹ ਬੰਦੇ ਦੁਖੀ ਹੋਏ ਹੋਏ ਨੇ ਕਿ ਰੋ ਨਾ ਉਹਨਾਂ ਦੀ ਨੀਂਦ ਪੂਰੀ ਹੁੰਦੀ ਆ ਨਾ ਨੂੰ ਬਾਬਰ ਆਰਾਮ ਮਿਲਦਾ ਨਾ ਕੋਈ ਹੋਰ ਸੁਗੋਲਤ ਮਿਲਦੀ ਹੈ ਲਗਾਤਾਰ ਮਤਲਬ ਐਨੇ ਐਨੇ ਘੰਟੇ ਰਾਤ ਵਿੱਚ ਡਰਾਈਵਿੰਗ ਕਰਕੇ ਉਹਨਾਂ ਨੂੰ ਜਾਣਾ ਪੈਂਦਾ ਸਵੇਰੇ ਅੰਨ ਲਈ ਮਾਰਨੇ ਉੱਠ ਕੇ ਔਰ ਇਹ ਜਿਹਾ ਤਰਾ ਬਾਕੀ ਪੁਲਿਸ ਕਰਮੀ ਜਿਹੜੇ ਸਿਕਿਉਰਿਟੀ ਦੇ ਪਕਟ ਨਾਲ ਲਜਾਇਆ ਜਾਂਦੇ ਆ ਉਹ ਖੇਰ ਗੁਨਾਹ ਗੱਡੀਆਂ ਦੀ ਰੱਖ ਰਖਾਫ ਉਹਨਾਂ ਦੇ ਸਪੇਅਰ ਪਾਰਟਸ ਬਦਲਨੇ ਉਹਨਾਂ ਨੂੰ ਠੀਕ ਠਾਕ ਰੱਖਣਾ ਇਹ ਸਾਰਾ ਇਹਨਾਂ ਖਰਚਾ ਕਿਸ ਪਿੱਛੇ ਕੀ ਇੱਕ ਜਗ੍ਹਾ ਤੇ ਉਹਦੀ ਇੰਟਰਰੋਗੇਸ਼ਨ ਨਹੀਂ ਸੀ ਹੋ ਸਕਦੀ ਘਰ ਨੂੰ ਬਾਰ-ਬਾਰ ਘਰੜੀ ਲੈ ਕੇ ਆਉਣਾ ਤਾਂ ਉਹ ਦੋ ਅਫੀਸਰ ਜਿਨ੍ਹਾਂ ਨੇ ਸਵਾਲ ਕਰਨੇ ਆ ਉਹ ਫਰੀਦਕੋਟ ਤੋਂ ਸੀਆਈਏ ਸੈਂਟਰ ਘਰੜ ਕਿਉਂ ਨਹੀਂ ਆ ਸਕਦੇ 200 ਬੰਦਾ ਲੈ ਕੇ ਤੁਸੀਂ ਫਰੀਦਕੋਟ ਜਾਂਦੇ ਹੋ ਦੋ ਬੰਦੇ ਫਰੀਦਕੋਟ ਤੋਂ ਗੰਧੀਗੜ ਮੋਹਾਲੀ ਨਹੀਂ ਆ ਸਕਦੇ ਬੜਾ ਅਜੀਬ ਕੋਈ ਸਮਝ ਨਹੀਂ ਆਉਂਦਾ ਕਿਉਂ ਇਸ ਤਰ੍ਹਾਂ ਹੋ ਰਿਹਾ ਬਟੇ ਅਫਸਰ ਵੀ ਪਰੇਸ਼ਾਨ ਨੇ ਸਿਕਿਉਰਿਟੀ ਦਾ ਬਹਾਨਾ ਲਗਾ ਕੇ ਕਿ ਇਹ ਕਿਹੋ ਜਿਹੇ ਬੰਦੇ ਦੀ ਸਿਕਿਉਰਿਟੀ ਇੰਨੀ ਜ਼ਿਆਦਾ ਜ਼ਰੂਰੀ ਹੋ ਗਈ ਕਿ ਤੁਸੀਂ 200 ਬੰਦਾ ਦਿਨ ਰਾਤ ਉਦਿਆਲੇ-ਦਾਲੇ ਘੁੰਮ ਰਿਹਾ ਇਹ ਕੁਛ ਨਾ ਕੁਛ ਸੋਚਣਾ ਪਵੇਗਾ ਪੰਜਾਬ ਸਰਕਾਰ ਦੇ ਅੱਲਾ ਅਫਸਰਾਂ ਨੂੰ ਕਿ ਇਸ ਕਿਸਮ ਦੀ ਫਜ਼ੂਲ ਖਰਚੀ ਔਰ ਉਦੇ ਨਾਲ ਉਸ ਨੂੰ ਜਿਹੜੀ ਮਸ਼ਕੂਰੀ ਮਿਲਦੀ ਹੈ ਉਹਦੀ ਆਊਟਿੰਗ ਹੋ ਜਾਂਦੀ ਹੈ ਕਿਤੇ ਅੰਦਰ ਬੈਠੇਗਾ ਡਿਟੈਂਸ਼ਨ ਦੇ ਅੰਦਰ ਕਿਤੇ ਕਾਲ ਕੋਠੜੀ ਉਹਦਾ ਦਿਲ ਨਹੀਂ ਲੱਗੇਗਾ ਪਰੇਸ਼ਾਨ ਹੋਏਗਾ 24 ਘੰਟੇ ਕੰਧਾਂ ਦੇਖ ਕੇ ਮੈਂਟਲ ਪ੍ਰੈਸ਼ਰ ਵਧੇਗਾ ਉਹਨੂੰ ਤੁਸੀਂ ਲੈ ਜਾਂਦੇ ਹੋ ਕਮਾਉਂਡ ਪ੍ਰੌਨ ਸਵੇਰੇ ਲੈ ਕੇ ਚਾ ਲੋ ਰਾਤ ਨੂੰ ਲਾਏ ਹੋ ਨੇ ਉਹਨੂੰ ਤਾਜ਼ੀ ਹਵਾ ਹੀ ਮਿਲ ਜਾਂਦੀ ਹੈ ਰੌਣਕ ਮੇਲਾ ਵੀ ਦੇਖ ਲੈਂਦਾ ਸ਼ਹਿਰਾਂ ਦਾ ਮੌਸਮ ਦੇ ਬਦਲ ਦੇ ਰੰਗ ਵੀ ਦੇਖ ਲੈਂਦਾ ਤੇ ਇਹ ਇੱਕ ਕਿਹੜੀ ਟੈਕਨੀਕ ਹੈ ਕਿਹੜਾ ਇੰਟਰੋਗੇਸ਼ਨ ਕਰਨ ਦਾ ਤਰੀਕਾ ਕਿ ਕੇਸ ਅੱਗੜਨੇ ਸਾਰੇ ਜਾਤੇ ਕੋ ਕੇ ਸਵੇਤਾ ਹੈ ਨਹੀਂ ਜੇ ਇਨਾ ਕੁਝ ਹੋਣ ਦੇ ਬਾਅਦ ਵੀ ਉਹਨਾਂ ਕੇਸ ਦੀ ਟਰਾਇਲ ਨਹੀਂ ਚੱਲਦੀ ਕਿ ਇੱਕ ਵੀ ਕੇਸ ਦੀ ਟਰਾਇਲ ਵਿੱਚ ਜਿਸ ਨੂੰ ਐਸ ਅਕਿਊਜ਼ਡ ਖੜਾ ਕੀਤਾ ਗਿਆ ਜਿੱਥੇ ਜਿਰਾ ਹੋਈ ਹੋਵੇ ਵਕੀਲਾਂ ਦੀ ਸਰਕਾਰੀ ਵਕੀਲ ਦੀ ਔਰ ਲਾਰੈਂਸ ਬਿਸ਼ਨੋਈ ਦੇ ਵਕੀਲ ਦੀ 15 ਉਹਨੂੰ ਜ਼ਿਲੇ ਕਮਾ ਦਿੱਤੇ 15 ਪੁਲਿਸ ਸਟੇਸ਼ਨ ਕਮਾ ਦਿੱਤੇ ਟ੍ਰਾਇਲ ਇੱਕ ਚ ਵੀ ਨਹੀਂ ਚੱਲ ਰਹੀ ਜਦੋਂ ਤੱਕ ਇਹੋ ਜਿਹੇ ਅਕਿਊਜ਼ ਨੂੰ ਜਲਦੀ ਟ੍ਰਾਇਲ ਕਰਕੇ ਸਜ਼ਾ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਕੋਈ ਫੇਦ ਤੇ ਕੋਈ ਅਸਰ ਨਹੀਂ ਹੋਣਾ ਔਰ ਲੋਕਾਂ ਦਾ ਭਰਸਾ ਕਾਨੂੰਨ ਤੋਂ ਅੱਗੇ ਅੱਗੇ ਟੁੱਟਦਾ ਜਾਏਗਾ ਦੂਸਰੀ ਗੱਲ ਅੱਜ ਮਾਨਤਾ ਪੁਲਿਸ ਨੇ ਇੱਕ ਸਪਲੀਮੈਂਟਰੀ ਚਾਰਜਸ਼ੀਟ ਫਾਈਲ ਕੀਤੀ ਨਾਰਮਲੀ ਹੁੰਦਾ ਕੀ ਹੈ ਜਦੋਂ ਸਪਲੀਮੈਂਟਰੀ ਚਾਰਜ ਸ਼ੀਟ ਫਾਈਲ ਹੁੰਦੀ ਆ ਉਹਦੇ ਚ ਉਹ ਸਾਰੀਆਂ ਚੀਜ਼ਾਂ ਬਿਆਨ ਕੀਤੀਆਂ ਜਾ ਸਕਦੀਆਂ ਆ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਪਹਿਲੀ ਚਾਰਜ ਸ਼ੀਟ ਤੋਂ ਮਿਸਿੰਗ ਹੋਣ ਕੋਈ ਨਵੇਂ ਫੈਕਟਸ ਜਿਹੜੇ ਆਏ ਸਾਹਮਣੇ ਤਫਤੀਸ਼ ਚ ਕੀ ਜਾਣਕਾਰੀਆਂ ਨਵੀਆਂ ਆਈਆਂ ਉਹਨਾਂ ਦਾ ਬਿਉਰਾ ਦਿੱਤਾ ਜਾਂਦਾ ਤਾਂ ਕਿ ਕੰਪਲੀਟ ਹੋ ਸਕੇ ਉਹ ਚਾਰਜ ਸ਼ੀਟ اور ਟ੍ਰਾਇਲ ਲਈ ਜਦ ਦੇ ਸਾਹਮਣੇ ਕੇਸ ਖੜਾ ਕੀਤਾ ਜਾ ਸਕੇ ਲੇਕਿਨ ਇਸ ਤੇ ਸਭ ਤੋਂ ਜ਼ਿਆਦਾ ਜ਼ੋਰ ਇਹ ਦਿੱਤਾ ਗਿਆ ਕਿ ਸੱਤ ਹੋਰ ਬੰਦਿਆਂ ਨੂੰ ਨਾਮਜ਼ਦ ਕਰ ਦਿੱਤਾ ਗਿਆ ਜੇ ਇੰਨੇ ਦਿਨਾਂ ਚ ਇਹੀ ਤਫਤੀਸ਼ ਸੀ ਤਾਂ ਫਿਰ ਅੱਗੇ ਕੀ ਹੋਏਗਾ ਅੰਦਾਜ਼ਾ ਲਗਾ ਸਕਦੇ ਹੋ 6 ਮਹੀਨੇ ਆਲਰੇਡੀ ਹੋ ਗਏ ਨੇ ਅਜੇ ਤੱਕ ਕੇਸ ਦਾ ਟ੍ਰਾਇਲ ਸ਼ੁਰੂ ਨਹੀਂ ਹੋਇਆ ਹੁਣ ਪਤਾ ਨਹੀਂ ਕੋਈ ਹੋਰ ਚਾਰ ਚਿੱਟ ਵੀ ਆਏਗੀ ਜਾਂ ਨਹੀਂ ਆਏਗੀ ਪਤਾ ਨਹੀਂ ਅਗਰ ਇਹ ਫਾਈਨਲ ਹੈ ਤਾਂ ਇਹਨੂੰ ਇੱਕ ਦੋ ਦਿਨਾਂ ਚ कोर्ट ਦੇ ਸਾਹਮਣੇ ਕੇਸ ਪੇਸ਼ ਕਰਨਾ ਚਾਹੀਦਾ ਜਿਰਾ ਤੋਂ ਬਾਅਦ ਉਹ ਕੇਸ ਕਮਿਟ ਹੋਏਗਾ ਸੈਸ਼ਨ ਨੂੰ ਕਮਿਟ ਹੋਏਗਾ ਫਿਰ ਜਾ ਕੇ ਟ੍ਰਾਇਲ ਹੋਣੀ ਹੈ ਅਜੇ ਇਸ ਕੋਰਟ ਵਿੱਚ ਤਾਂ ਖਾਲੀ ਵਕੀਲਾਂ ਦੇ ਜਿਹੜੇ ਸਵਾਲ ਜਿਹਾ ਹੁੰਦੇ ਉਹ ਚੱਲਣਗੇ ਉਸ ਤੋਂ ਬਾਅਦ ਕਮਿਟ ਹੋਏਗਾ ਕੇਸ ਸੈਸ਼ਨ ਲਈ ਫਿਰ ਕੇਸ ਥਲੇਗਾ ਸੈਸ਼ਨ ਕੋਰਟ 'ਚ ਉਹਨੂੰ ਕਈ ਸਾਲ ਲੱਗ ਜਾਣਿਆ ਫਿਰ ਹਾਈ ਕੋਰਟ ਜਾਊਗਾ ਸੁਪਰੀਮ ਕੋਰਟ ਜਾਊਗਾ ਉਦੋਂ ਤੱਕ ਅੱਧੇ ਜਿਹੜੇ ਗਵਾਹ ਨੇ ਉਹ ਮਰ ਖਾਪ ਜਾਣਗੇ ਉਹ ਦੇਰ ਛੱਡ ਕੇ ਚਲੇ ਜਾਣਗੇ ਕੋਈ ਮੁਕਰ ਜਾਣਗੇ ਜਿੰਨਾ ਡਿਲੇ ਕਰੋਗੇ ਉਨਾ ਕੇਸ ਦਾ ਨੁਕਸਾਨ ਹੋਏਗਾ ਔਰ ਅਗਰ ਇਹ ਟੈਕਨੀਕਲ ਜਿਹੜੀਆਂ ਐਵੀਡੈਂਸ ਹੁੰਦੀ ਹੈ ਜਿਹੜੀ ਤੁਹਾਡੇ ਕੇਸ ਨੂੰ ਮਜ਼ਬੂਤ ਕਰਦੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ ਔਰ ਮੁਤੇ ਵਾਲਾ ਕੇਸ ਜਿੰਨੀ ਟੈਕਨੀਕਲ ਐਵੀਡੈਂਸ ਇਹਨਾਂ ਨੇ ਇਕੱਠੀ ਕਰਨੀ ਸੀ ਉਹ ਪਹਿਲਾਂ ਹੀ ਕਰ ਚੁੱਕੇ ਨੇ ਉਹਨੂੰ ਹੁਣ ਚੇਂਜ ਕਰਨਾ ਬਹੁਤ ਔਖਾ ਹੈ ਜਿੰਨੀਆਂ ਟੈਲੀ ਟੈਲੀਫੋਨਿਕ ਕੈਬਿਨਟ ਜਿੰਨੀ ਸੀ ਉਹ ਜਿੰਨੀ ਮੋਬਾਈਲ ਟੌਪਸ ਤੋਂ ਲਈ ਸੀ ਉਹ ਸਾਰੀ ਆਲਰੇਡੀ ਇਕੱਠੀ ਕੀਤੀ ਜਾ ਚੁੱਕੀ ਹੈ। ਹਥਿਆਰਾਂ ਦੀ ਜਿਹੜੀ ਪ੍ਰਾਂਤਿਕ ਜਾਂਚ ਹੋਣੀ ਸੀ ਉਹ ਵੀ ਹੋ ਚੁੱਕੀ ਹੈ। ਪੰਡਿੱਗੜ ਦੀ ਜਿਹੜੀ ਮੋਹਾਲੀ ਦੀ ਜਿਹੜੀ ਪ੍ਰਾਂਤਿਕ ਲਾਭ ਹੈ ਉਤੋਂ ਦੀ ਰਿਪੋਰਟ ਵੀ ਆ ਚੁੱਕੀ ਹੈ। ਸਾਰਾ ਕੁਝ ਹੋ ਚੁੱਕਾ ਤੇ ਫਿਰ ਟਰਾਇਲ ਸ਼ੁਰੂ ਹੋਣ ਵਿੱਚ ਕੀ ਦੇਰੀ ਹੈ ਇਹ ਸਮੇਂ ਤੋਂ ਬਾਹਰ ਹੈ। ਸੋ ਇਹ ਬਹੁਤ ਜ਼ਰੂਰੀ ਕੰਮ ਹੈ ਪੰਜਾਬ ਪੁਲਿਸ ਦੇ ਆਲਾ ਅਫਸਰਾਂ ਲਈ ਔਰ ਜਿੰਨੀ ਜਲਦੀ ਤੁਸੀਂ ਟ੍ਰਾਇਲ ਸ਼ੁਰੂ ਕਰੋਗੇ ਉਨੀ ਜਲਦੀ ਇਸ ਕੇਸ ਦਾ ਫੈਸਲਾ ਆਏਗਾ ਇਹ ਦੋ ਗੱਲਾਂ ਬਹੁਤ ਜ਼ਰੂਰੀ ਤੀਸਰੀ ਗੱਲ ਇੱਕ ਹੋਰ ਵੱਡੀ ਖਬਰ ਆ ਜੇ ਦੰਚਾਰ ਰਹੀ ਸੀ ਜ਼ੀਰਾ ਦੀ ਉਸ ਮਾਲਬਰੋ ਸ਼ਰਾਬ ਫੈਕਟਰੀ ਦੀ ਜਿਸ ਨੂੰ ਲੈ ਕੇ ਹਾਈ ਕੋਰਟ ਨੇ 1.5 ਕਰੋੜ ਦਾ ਫਾਈਨ ਪੰਜਾਬ ਸਰਕਾਰ ਤੇ ਲਾਇਆ ਸੀ ਦੂਸਰਾ 15 ਕਰੋੜ ਦਾ ਲਾਇਆ ਸੀ ਸੋ 20 ਕਰੋੜ ਦਾ ਜੁਰਮਾਨਾ हाई कोर्ट ਦਾ ਸਿੰਗਲ ਜੱਜ ਬੈਂਚ ਪੰਜਾਬ ਸਰਕਾਰ ਨੂੰ ਲਾ ਚੁੱਕਾ ਹੈ ਔਰ ਬਿਨਾ ਕਿੰਟੂ ਪਰੰਤੂ ਕੀਤਾ ਪੰਜਾਬ ਸਰਕਾਰ ਉਹ 20 ਕਰੋੜ ਰੁਪਈਆ ਕੋਰਟ ਤੇ ਜਮਾ ਵੀ ਕਰਵਾ ਚੁੱਕੀ ਹੈ ਔਰ ਉਹ 20 ਕਰੋੜ ਰੁਪਈਆ ਉਸ ਫੈਕਟਰੀ ਦੇ ਮਾਲਕ ਨੂੰ ਮਿਲ ਵੀ ਚੁੱਕਿਆ ਹੈ ਉਹਨੇ ਫੈਕਟਰੀ ਦਾ ਨੁਕਸਾਨ ਹੋ ਰਿਹਾ ਇਸ ਕਰਕੇ ਉੱਤੇ ਧਰਨਾ ਲਾਇਆ ਸੀ ਲੋਕੋ ਲੋਕਾਂ ਨੇ ਇਸ ਕਰਕੇ ਫੈਕਟਰੀ ਬੰਦ ਕਰਨੀ ਪਈ ਉਹਦਾ ਨੁਕਸਾਨ ਪੰਜਾਬ ਸਰਕਾਰ ਪਰ ਰਹੀ ਹੈ ਇਹ ਮੈਨੂੰ ਸਮਝ ਨਹੀਂ ਆਉਂਦਾ ਕਿ ਪੰਜਾਬ ਸਰਕਾਰ ਫਟਾਫਟ ਪੈਸੇ ਕਿਉਂ ਭਰ ਦਿੰਦੀ ਹੈ ਇਹਨਾਂ ਦੇ ਉਸ ਫੈਸਲੇ ਨੂੰ ਚੈਲੰਜ ਕਿਉਂ ਨਹੀਂ ਕੀਤਾ ਇੱਕ ਸਿੰਗਲ ਜੱਜ ਦਾ ਫੈਸਲਾ ਸੀ ਡਬਲ ਜੱਜ ਨੂੰ ਆਪਾਂ ਡਿਵੀਜ਼ਨ ਡਿਵੀਜ਼ਨ ਬੈਂਚ ਕਹਿ ਦਿੰਦੇ ਆ ਉੱਥੇ ਫੈਸਲਾ ਚੈਲੰਜ ਕੀਤਾ ਜਾ ਸਕਦਾ ਸੀ ਕੋਰਟ ਤੋਂ ਟਾਈਮ ਮੰਗਿਆ ਜਾ ਸਕਦਾ ਸੀ ਜਦ ਤੱਕ ਇਹਦਾ ਫੈਸਲਾ ਨਹੀਂ ਹੁੰਦਾ ਪੈਸੇ ਭਰਨ ਦੀ ਸ਼ਰਤ ਰੋਕੀ ਜਾਵੇ ਅਗਰ ਡਿਵੀਜ਼ਨ ਬੈਂਚ ਕਿਉਂਕਿ ਤੁਸੀਂ ਨਹੀਂ ਤੁਹਾਡੀ ਗੱਲ ਬਣਦੀ ਸੁਪਰੀਮ ਕੋਡ ਮੂਵ ਕਰਨਾ ਚਾਹੀਦਾ ਸੀ ਵਕੀਲਾਂ ਤੇ ਹੋਰ ਤੁਹਾਡਾ ਕਰੋੜ 2 ਕਰੋੜ ਲੱਗ ਜਾਂਦਾ ਲੇਕਿਨ 20 ਕਰੋੜ ਦੇਣੋਂ ਤਾਂ ਬਚਦੇ ਔਰ ਉਸ ਤੋਂ ਬਾਅਦ ਜਿਹੜਾ ਤਣਾਅ ਉੱਥੇ ਬਣਿਆ ਉਹਦੇ ਦਾ ਜਿਹੜੀਆਂ ਹੋਰ ਰੈਪਰੇਕਸ਼ਨਸ ਹੋਇਆ ਉਹਦਾ ਅਸਰ ਹੋਇਆ ਉਹ ਦੇਖਣ ਤੋਂ ਬਚ ਜਾਂਦਾ ਲੋਕਾਂ ਤੇ लाठी चार्ज ਨਾ ਹੁੰਦਾ ਲੋਕਾਂ ਨੂੰ ਆਪਣੀ ਉੱਥੇ ਸ੍ਰੀ ਅਕਾਲ ਪੁਰਖ ਸਾਹਿਬ ਨਾਲ ਰੱਖਣਾ ਪੈਂਦਾ ਆਪਣੇ ਹੱਕਾਂ ਦੀ ਲੜਾਈ ਲਈ ਅੱਗੇ ਨਾ ਜੂਝਣਾ ਪੈਂਦਾ ਔਰ ਉਸਦੇ ਨਾਲ-ਨਾਲ ਜਿਹੜੇ ਟੈਕਨੀਕਲ ਪੁਆਇੰਟਸ ਹੈ ਜਿਹੜੀ ਜਾਂਚ 4 ਸਾਲ ਪਹਿਲਾਂ ਹੋਈ ਸੀ ਜ਼ਮੀਨ ਦੀ ਔਰ ਪਾਣੀਆਂ ਦੀ ਉਹ 4 ਸਾਲ ਪਹਿਲਾਂ ਦੀ ਰਿਪੋਰਟ ਪੇਸ਼ ਕਰਕੇ ਕੰਪਨੀ ਹਾਈ ਕੋਰਟ ਤੋਂ ਆਰਡਰ ਲੈ ਲੈਂਦੀ ਹੈ ਪੰਜਾਬ ਸਰਕਾਰ ਨੇ ਚੈਲੰਜ ਕਿਉਂ ਨਹੀਂ ਕੀਤਾ ਸਾਡਾ ਏਜੀ ਆਫਿਸ ਜਿਹੜਾ ਐਡਵੋਕੇਟ ਜਨਰਲ ਦਾ ਅਫਸਰ ਉਹ ਕੀ ਕਰ ਰਿਹਾ ਲੱਗਦਾ ਕਿ ਸ਼ਾਇਦ ਮੁੱਖ ਮੰਤਰੀ ਕੋਲੇ ਸਮਾਂ ਹੀ ਨਹੀਂ ਹੈ ਪੰਜਾਬ ਲਈ ਦੇਖੜਦਾ ਕਦੇ ਗੁਜਰਾਤ ਦੀ ਇਲੈਕਸ਼ਨਾਂ ਕਦੇ ਹਿਮਾਚਲ ਦੀਆਂ ਇਲੈਕਸ਼ਨਾਂ ਉਹੜੋ ਹਦਰਾਬਾਦ ਤੋਂ ਤਾਮਿਲਨਾਡ ਵਿੱਚ ਇਹ ਕੰਮ ਰਹਿ ਨੇ ਇਨਵੈਸਟਮੈਂਟ ਨਾਲ ਲਈ ਪੰਜਾਬ ਦੇ ਲੋਕ ਜਿਹੜੇ ਨੇ ਪੈਸੇ ਵਾਲੇ ਲੋਕ ਵਪਾਰੀ ਸਨਤਕਾਰ ਬਿਜ਼ਨਸਮੈਨ ਉਹ ਛੱਡ ਛੱਡ ਕੇ ਜਾ ਰਹੇ ਕਿ ਉਹਨਾਂ ਨੂੰ ਸਕਿਉਰਿਟੀ ਨਹੀਂ ਆਣਾ ਜਾਣਦੀ ਨਾ ਪ੍ਰਾਪਰਟੀ ਦੀ ਤੇ ਇਹੋ ਜਿਹੇ ਹਾਲਾਤਾਂ 'ਚ ਬਾਹਰੋਂ ਕੌਣ ਆਏਗਾ ਇਹ ਸਿਰਫ ਘੁੰਮਣ ਫਿਰਨ ਦਾ ਛੱਡ ਕੇ ਮੁੱਖ ਮੰਤਰੀ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਨਸਨਟ੍ਰੇਟ ਕਰਨ ਦੀ ਪੰਜਾਬ ਦੀਆਂ ਸਮੱਸਿਆਵਾਂ 'ਤੇ ਕਿੰਨੀਆਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਮਾਨ ਨੂੰ ਜਦੋਂ ਹਾਈਪੋਰਟ ਨੇ ਉਹਨੀਆਂ ਗੱਲਾਂ ਨਹੀਂ ਪਹੁੰਚਦੀਆਂ ਗਵਰਨਰ ਦੀਆਂ ਚਿੱਠੀਆਂ ਮੁੱਖ ਮੰਤਰੀ ਤੱਕ ਨਹੀਂ ਪਹੁੰਚਦੀਆਂ ਗਵਰਨਰ ਨੂੰ ਸਟੈਂਡ ਲੈਣਾ ਪੈਂਦਾ ਆਪਣਾ ਇੱਕ ਆਫੀਸਰ ਬਦਲ ਕੇ ਉਹਦੇ ਲਈ ਮਾਨ ਨੂੰ ਫਤਿਹ ਕੁਝ ਨਹੀਂ ਕੋਈ ਚੀਤ ਸੈਕਟਰੀ ਨਾਲ ਗੱਲ ਹੋ ਚੁੱਕੀ ਹੈ ਇਹ ਕਿਤੇ ਨਾ ਕਿਤੇ ਮਿਸ ਮੈਨੇਜਮੈਂਟ ਔਰ ਮਿਸ ਕਮਿਊਨੀਕੇਸ਼ਨ ਜਿਹੜੀ ਚੀਫ ਮਿਨਿਸਟਰ ਦੀ ਔਰ ਬੈਰੋਕ੍ਰਾਸੀ ਚੱਲ ਰਹੀ ਹੈ ਇਸੇ ਨਾਲ ਲੈ ਦੇ ਕੇ ਨੁਕਸਾਨ ਪੰਜਾਬ ਦਾ ਹੋ ਰਹਾ ਹੋ ਰਿਹਾ ਕਿੰਨਾ ਕਿਤੇ ਡਿਸੀਸਿਵ ਸਰਕਾਰ ਦੀ ਡਿਸੀਸਿਵ ਗਵਰਨੈਂਸ ਦੀ ਜ਼ਰੂਰਤ ਹੈ ਜੋ ਸਾਹਮਣੇ ਹੁੰਦੀ ਨਜ਼ਰ ਨਹੀਂ ਆ ਰਹੀ ਤੇ ਦੋਸਤੋ ਆਉਣ ਵਾਲੇ ਦਿਨਾਂ ਚ ਇਹੋ ਜਿਹੀ ਹੋਰ ਕਿਤੇ ਕਹਾਣੀਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ